ਜਿਹੜਾ ਮਨਜੀਤ ਸਿੰਘ ਹੈਗਾ ਆ ਆਪਣਾ ਉਹਨੂੰ ਨਾਮ ਵੀ ਨੇ ਫੜ ਕੇ ਲਿਆਂਦਾ ਇੱਥੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਘਰੋਂ ਕਿੰਨਾਂ ਦੇ ਘਰੋਂ ਫੜ ਕੇ ਲਿਆਂਦਾ ਆ ਪੂਜਾ ਉਹਨਾਂ ਦੇ ਘਰੋਂ ਜਾ ਉਹਨਾਂ ਦੇ ਘਰੋਂ ਹਾਂਜੀ ਤੇ ਇੱਥੇ ਆ ਕੇ ਸਾਰੇ ਜਿਹੜੇ ਮਨਜੀਤ ਉਹਨੂੰ ਗੁਰਨਾਮ ਸਿੰਘ ਨੂੰ ਕੁੱਟਣ ਦੀਆਂ ਨੇ ਸਾਰੀ ਫੈਮਿਲੀ ਪੰਜੇ ਚੌਵੇਂ ਜਾ ਰਹੇ ਸਾਰੇ ਪੰਜੇ ਜਿਹੜੇ ਚੌਕੀ ਦੇ ਵਿੱਚ ਆ ਕੇ ਜਿਹੜਾ ਆਦਮ ਨੂੰ ਕੁੱਟਿਆ ਉਹਨਾਂ ਨੇ ਕੁੱਟਣ ਦੇ ਆਏ ਜਿਹੜਾ ਸਾਰੇ ਨੇ ਸਾਰੇ ਕੁੱਟਿਆ ਉਹਨਾਂ ਨੂੰ ਭਾਜੀ ਸਾਰੇ ਟੱਬਰ ਨੇ ਛੋਟੇ ਛੋਟੇ ਬੱਚਿਆਂ ਨੇ ਚਪੇੜਾ ਮਾਰੀਆਂ ਨੇ ਛੋਟੇ ਛੋਟੇ ਬੱਚਿਆਂ ਨੇ ਮਾਰੀਆਂ ਛੋਟੇ ਬੱਚਿਆਂ ਨੇ ਚਪੇੜਾ ਮਾਰੀਆਂ ਮਾਂ ਅੱਜ ਚਪੇੜਾ ਮਾਰ ਕੇ ਕਿੰਨਾ ਸਾਨੂੰ ਠੰਡ ਪੈ ਗਈ ਆ ਹੈ ਉਹਦੇ ਚਪੇੜਾ ਮਾਰੀਆਂ ਬਾਰੀ ਕੁੱਟਿਆ ਵਾ ਬਾਰੀ ਕੁੱਟਿਆ ਵਾ ਇਹ ਸਾਡੀ ਬਾਰੀ ਜੇ ਸਾਡੇ ਨਾਲ ਤੇ ਹੋ ਗਿਆ ਆਤਮ ਹੱਤਿਆ ਕਰ ਉਹਨੇ ਨਮੋਸ਼ੀ ਦੇ ਨਾਲ ਵਿਚਾਰੇ ਨੇ ਕੀ ਕੀ ਆਤਮ ਹੱਤਿਆ ਉਹਨੇ ਵਿਚਾਰੇ ਨੇ ਕੀ ਆ ਸਾਰੇ ਟੱਬਰ ਨੇ ਕੁੱਟਿਆ ਬੱਚਿਆਂ ਨੇ ਮਾਰੀਆਂ ਮਨਜੀਤ ਮਨਜੀਤ ਸੱਚਾ ਵਾ ਕਿ ਜਾਂ ਇਹ ਸਾਰੇ ਲੋਕ ਸੱਚੇ ਆ ਤੂੰ ਇਹ ਦੱਸੋ ਬਾਕੀ ਤੁਸੀਂ ਆਪਣਾ ਜੋ ਮਰਜ਼ੀ ਬਣਾ ਲਓ ਸਾਹਮਣੇ ਪਤਾ ਤੁਸੀਂ ਕੀ ਪ੍ਰੋਪਗੈਂਡਾ ਸਾਰਾ ਨਹੀਂ ਪਤਾ ਲੱਗਣਾ ਆਈ ਡੋਟ ਨੋ ਆਈ ਤਾਂ ਬਾਸ਼ਾ ਨਹੀਂ ਨੂੰ ਦਿੱਤੀ ਉਹ ਹੀ ਆਪਣੇ ਅੱਖੀ ਮੀਡੀਆ ਆਪਾਂ ਅੰਦਰ ਹੀ ਰੱਖਿਆ ਹੋਇਆ ਕਮਰੇ ਬੰਦ ਵੀ ਕੀਤਾ ਸੀ ਬੰਦ ਵੀ ਕੀਤਾ ਸੀ ਉਹਨੂੰ ਮਨਜੀਤ ਉਹਨੂੰ ਵਿਚਾਰੇ ਨੂੰ ਕੀਤਾ ਵਾ ਇਹ ਆ ਗਿਆ ਇੱਕ ਵੇਖ ਉਹਨੂੰ ਵਿਚਾਰੇ ਨੂੰ ਹੱਥ ਨਾੜੀ ਵੀ ਲਾਈ ਮਲਾਜ਼ਮ ਨੇ ਦੋ ਤਿੰਨ ਸਾਰਾ ਭਰਾ ਸੀ ਇੱਕ ਮਿੰਟ ਮਲਾਜ਼ਮ ਹੁੰਦੇ ਹੋਇਆ ਉਹਨੂੰ ਹੱਥ ਕੜੀ ਲਾਉਣ ਦਾ ਕੀ ਜ਼ਰੂਰਤ ਹੈ ਦੇਖੋ ਉਹਨੂੰ ਜਤਿੰਦਰ ਪਾਲ ਸਿੰਘ ਹੈ ਜੀ ਮੇਰੇ ਜੀਜਾ ਜੀ ਮੇਰੇ ਭਾਈਆ ਸਾਹਿਬ ਕੀ ਨਾਮ ਉਹਨਾਂ ਦਾ ਐਚ ਸੀ ਕਾਂਸਟੇਬਲ ਗੁਰਨਾਮ ਸਿੰਘ ਠੀਕ ਹੈ ਜੀ ਜਿਨ੍ਹਾਂ ਨੇ ਰਾਤ ਏ ਐਸ ਆਈ ਲਾਂਸ ਰੋਡ ਮਨਜੀਤ ਸਿੰਘ ਨੂੰ ਖੰਡ ਵਾਲੇ ਚੌਂਕੀ ਦੇ ਨਾਲ ਲਾਂਸ ਰੋਡ ਧੱਕਾ ਕਲੋਨੀ ਚ ਰੰਗ ਰਿਲੀਆਂ ਮਿਲਾਉਂਦਿਆਂ ਫੜਿਆ ਗਏ ਨੇ ਠੀਕ ਹੈ ਉਸ ਤੋਂ ਬਾਅਦ ਸਰਵਨ ਸਿੰਘ ਹੋਣਾ ਨੇ ਚੌਂਕੀ ਇੰਚਾਰਜ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਹੈ ਮਾਰਨ ਕੁੱਟਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਆ ਇਸ ਟਾਈਮ ਉਹਨਾਂ ਨੂੰ ਉਹ ਰਾਤ ਦੇ ਡਿਊਟੀ ਤੇ ਆਏ ਸੀ ਰਾਤ 8 ਵਜੇ ਦੇ ਡਿਊਟੀ ਤੇ ਉਹ ਹਾਜ਼ਰ ਸੀ ਹਾਜ਼ਰ ਹੋਣ ਤੋਂ ਬਾਅਦ ਸਵੇਰੇ ਅਸੀਂ ਜਦੋਂ 12 ਵਜੇ ਪੁੱਛਿਆ ਜੀ ਉਹ ਘਰ ਕਿਉਂ ਨਹੀਂ ਵਾਪਸ ਆਏ ਵਾਪਸ ਆਉਣ ਦੇ ਨਾਲ ਉਹਨਾਂ ਦਾ ਪਤਾ ਚੱਲਿਆ ਕਿ ਉਹਨਾਂ ਨੂੰ ਰਾਤ ਦੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਘਰ ਆਉਣ ਦਾ ਕਾਰਨ ਪੁੱਛਿਆ ਕਹਿੰਦੇ ਜੀ ਉਹਨਾਂ ਨੇ ਰਾਤ ਸ਼ਰਾਬ ਪੀਤੀ ਸੀ ਖਾਧਾ ਪੀਤਾ ਸੀ ਜੀ ਉਲਟੀਆਂ ਆ ਗਈਆਂ ਇਸ ਕਾਰਨ ਬਾਅਦ ਪਰ ਨਹੀਂ ਮਨਜੀਤ ਸਿੰਘ ਨੇ ਉਹਨਾਂ ਨੇ ਰੰਗ ਲੋਨੀਆਂ ਮਨਾਉਂਦਿਆਂ ਫੜਿਆ ਗਿਆ ਇਸ ਕਾਰਨ ਇੰਚਾਰਜ ਨੇ ਇੰਚਾਰਜ ਦੀ ਮਤ ਕਰਦਿਆਂ ਹੋਇਆ ਉਹਨਾਂ ਨੂੰ ਮਾਰ ਦਿੱਤਾ ਇਲਾਕਾ ਨਿਵਾਸੀਆਂ ਨੂੰ ਉਹਨਾਂ ਨੂੰ ਪੁੱਛਿਆ ਜਾਵੇ ਹਰ ਇੱਕ ਇਲਾਕਾ ਨਿਵਾਸੀ ਉਹਨਾਂ ਦੀ ਮਤ ਕਰ ਰਹੇ ਹਨ ਗੁਰਨਾਮ ਸਿੰਘ ਨਾਲ ਦਾ ਕੋਈ ਬੰਦਾ ਨਹੀਂ ਸੀ ਅਨੇਕ ਬੰਦਾ ਸੀ ਖੁਸ਼ ਦਿਲ ਬੰਦਾ ਸੀ ਉਹਦੇ ਨਾਲ ਦਾ ਕੋਈ ਵੀ ਇਮਾਨਦਾਰ ਪੁਲਿਸ ਅਫਸਰ ਨਹੀਂ ਸੀ ਇਹਨਾਂ ਨੇ ਰਾਜ ਸਰਵਨ ਸਿੰਘ ਹੋਣਾ ਤੇ ਮਨਜੀਤ ਸਿੰਘ ਨੇ ਚੌਂਕੀ ਇੰਚਾਰਜ ਦੀ ਮਤ ਕਰਦਿਆਂ ਉਹਨਾਂ ਨੂੰ ਰਾਤ ਮਾਰ ਦਿੱਤਾ ਗਿਆ ਇਹਨਾਂ ਦੇ ਖਿਲਾਫ 302 ਦੀ ਪਰਚਾ ਦਰਜ ਹੋਣਾ ਚਾਹੀਦਾ ਹੈ ਜੋ ਵੀ ਕੁੱਟ ਕੁੱਟ ਕੇ ਉਹਨਾਂ ਨੂੰ ਮਾਰ ਦੇ ਤੂੰ ਮਨਜੀਤ ਸਿੰਘ ਰੰਗ ਰਲੀਆਂ ਮਰਾ ਰਿਹਾ ਤੂੰ ਕਿਉਂ ਫੜ ਲਿਆ ਸੱਚਾ ਤੇ ਸੁਤਰਾ ਹੁੰਦਿਆਂ ਉਹਨਾਂ ਨੂੰ ਮਾਰ ਦਿੱਤਾ ਗਿਆ ਹਸਪਤਾਲਾਂ ਦਾ ਕਹਿਣਾ ਕਿ ਉਹਦੇ ਹੁਣ ਡੈਥ ਹੋਈ ਜਿਹੜੀ ਰਾਤ ਦੀ ਵੇਖੋ ਜੀ ਸਾਡੇ ਵੱਲੋਂ ਰਾਤ ਦੇ ਡਿਊਟੀ ਦੇ 8 ਵਜੇ ਆਏ ਸੀ ਘਰ ਪਰਿਵਾਰ ਨੇ 8 ਵਜੇ ਬੀਬੀਆਂ ਨੇ ਰੋਟੀ ਪਾਣੀ ਦੇ ਕੇ ਉਹਨਾਂ ਨੂੰ ਤੋਰਤਾ ਵੀ ਮੇਰਾ ਪਤੀ ਸਵੇਰੇ 8 ਵਜੇ ਵਾਪਸ ਆਏਗਾ ਹਾਲੇ ਤੱਕ ਜਦੋਂ ਸਾਨੂੰ 11-12 ਵਜੇ ਪਤਾ ਲੱਗਾ ਜੀ ਹਸਪੀਟਲ ਦਾਖਲ ਹੈ ਦਾਖਲ ਹੋਣ ਤੋਂ ਬਾਅਦ ਉਹਨਾਂ ਨੂੰ ਮੌਤ ਦੀ ਹਾਲਾਤ ਚ ਸਾਨੂੰ ਦੱਸਿਆ ਗਿਆ ਤੇ ਹੁਣ ਸਾਨੂੰ ਪਤਾ ਲੱਗਾ ਕਿ ਮਤਲਬ ਉਹਨਾਂ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦੇ ਨੇ ਨਹੀਂ ਜੀ ਇਹ ਝੂਠਾ ਤੇ ਸਚਾਈ ਇਹਨਾਂ ਨੂੰ ਪਤਨੀ ਨੂੰ ਭੋਲਾ ਪੰਨ ਦੇ ਵਿੱਚ ਲਿਆ ਕੇ ਇਹ ਕਾਰਵਾਈ ਕਰਨ ਦੀ ਇਹਨਾਂ ਨੇ ਸਾਨੂੰ ਦੱਸਿਆ ਹੁਣ ਸਾਨੂੰ ਤੁਸੀਂ ਸਾਡੇ ਤੇ ਨਾ ਰਹੋ ਇਲਾਕੇ ਨਿਵਾਸੀਆਂ ਨਾ ਹੋ ਤੁਹਾਡੀ ਮੈਂ ਗੱਲਬਾਤ ਕਰਾਉਣਾ ਤੁਸੀਂ ਗੱਲਬਾਤ ਕਰੋ ਸਾਡੀ ਮੰਗ ਇਹ ਆ ਚੌਂਕੀ ਇੰਚਾਰਜ ਖੰਡ ਵਾਲਾ ਚੌਂਕੀ ਇੰਚਾਰਜ ਮਨਜੀਤ ਸਿੰਘ ਜਿਹਨੇ ਜਿਹਨੇ ਗੁਰਨਾਮ ਸਿੰਘ ਨੂੰ ਮਾਰਿਆ ਜੋ ਜੋ ਨਾਲ ਸੀ ਉਹਨਾਂ ਦੇ ਖਿਲਾਫ ਇਨਕੁਆਇਰੀ ਉਹਨਾਂ ਦੇ ਖਿਲਾਫ ਪਰਚਾ 302 ਮੁਕਦਮਾ ਦਰਜ ਹੋਵੇ ਹਾਂਜੀ ਚੌਂਕੀ ਇੰਚਾਰਜ ਨੇ ਵੀ ਮਾਰਿਆ ਹਰ ਇੱਕ ਬੰਦੇ ਨੇ ਮਾਰਿਆ ਸਾਡੇ ਤੇ ਨਹੀਂ ਸਾਡਾ ਇਲਾਕਾ ਨਿਵਾਸੀ ਦੱਸਣਗੇ ਜੀ ਮੈਂ ਤੇਰੇ ਮੈਂ ਛੱਡ ਕੇ ਮਾਰ ਕੇ ਨਾ ਤੇਰੇ ਦਾਸਾਂ ਦੇ ਹਾਂਜੀ ਸਰ ਸਰ
ਜਿਹੜਾ ਮੁਲਾਜ਼ਮ ਦੀ ਮੌਤ ਹੋਈ ਆ ਕੀ ਕਾਰਨ ਹੈ ਅਜੇ ਤੱਕ ਕੀ ਨਿਕਲ ਗਿਆ ਹੈ ਕਿੱਥੇ ਪਰਚਾ ਕੀਤਾ ਜਾ ਅਸੀਂ ਇਨਕੁਆਇਰੀ ਕਰ ਰਹੇ ਹਾਂ ਕਿ ਇਹਦੇ ਕੀ ਕਾਰਨ ਸੀਗੇ ਉਹਦੀ ਡੈੱਡ ਬਾਡੀ ਦਾ ਜਿਹੜਾ ਮੁਆਇਨਾ ਕਰਾ ਕੇ ਅਸੀਂ ਤਾਂ ਹੋਸਪਿਟਲ ਭੇਜੀ ਹੈ ਸਰਸਰੀ ਅਤੇ ਪੋਸਟਮਾਰਟਮ ਕਰਾ ਰਹੇ ਹਾਂ ਆਫਟਰ ਪੋਸਟਮਾਰਟਮ ਕਾਜ ਆਫ ਡੈਥ ਦਾ ਪਤਾ ਲੱਗ ਜੂਗਾ ਬੋਰਡ ਆਫ ਡਾਕਟਰਸ ਤੋਂ ਅਸੀਂ ਇਹਦੀ ਪੋਸਟਮਾਰਟਮ ਜਿਹੜੀ ਆ ਇਨਕੁਆਇਰੀ ਚੱਲ ਰਹੀ ਹੈ ਇਨਕੁਆਇਰੀ ਦੇ ਨਾਲ ਕਰਨ ਤੋਂ ਬਾਅਦ ਅਸੀਂ ਜਿਹੜਾ ਪਰਚਾ ਜਿਹੜਾ ਰਜਿਸਟਰ ਜ਼ਰੂਰ ਕਰਾਂਗੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਧੰਨਵਾਦ ਆਪਣੇ ਸਾਜੀ ਪਲੀਜ਼।